ਦੁਨੀਆਂ ਦੇ ਵਿੱਚ ਆਏ ਹਨ, ਕੁਛ ਅਜਿਹੇ ਜਿਸ ਤਰ੍ਹਾਂ ਚੱਲਦਾ ਹੈ ਕਾਫਲਾ ਚੱਲਦੇ ਚਲੋ, ਪਰ ਕੁਛ ਲੋਕ ਬੈਠੇ ਹੋਏ ਨੇ ਆਪ ਜੀ ਦੇ ਰੂਬਰੂ ਕੀ ਪੰਜਾਬ ਦਾ ਇੱਕ ਸੇਵਾ ਦਰਿਆ ਵਗ ਰਿਹਾ ਹੈ, ਨਸ਼ੇ ਕੀ ਸਾਡੇ ਪੰਜਾਬ ਦੀ ਦਾਸਤਾਨ ਹੈ, ਸਾਡੇ ਘਰ ਦੇ ਰੂਬਰੂ ਹੋਵਾਂਗੇ ਜਿਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਣਾ ਵੀ ਕਹਿੰਦੇ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ ਕਿ ਕਵੀ ਨੇ ਲਿਖਿਆ ਕਿ ਜਨਾਨੀ ਦੋਸਤੋ ਘਰ ਵਿੱਚ ਹੱਸੇ ਜੇ ਜਨਾਨੀ ਦੋਸਤੋ ਸੋਹਣੇ ਤੇ ਸੁਹਾਗੇ ਦੀ ਨਿਸ਼ਾਨੀ ਦੋਸਤੋ। ਮਾਪਿਆਂ ਨੂੰ ਪੁੱਛੋ ਨਾ ਅੱਗੇ ਫਿਕਰ ਹੁੰਦਾ ਸੀ ਬੱਚੇ ਨੂੰ ਡਿਗਰੀ ਦਾ, ਬੱਚੇ ਦੀ ਕੁਆਲੀਫਿਕੇਸ਼ਨ ਦਾ। ਅੱਜ ਮਾਪਿਆਂ ਦੇ ਦਿਮਾਗ ਤੇ ਸਭ ਤੋਂ ਵੱਡਾ ਬੋਝ ਇੱਕ ਹੈ, ਸਭ ਤੋਂ ਪਹਿਲਾਂ ਕਿ ਅਸੀਂ ਆਪਣੇ ਬੱਚੇ ਨੂੰ ਇਸ ਬਿਮਾਰੀ ਤੋਂ ਬਚਾ ਕੇ ਕਿਸ ਤਰ੍ਹਾਂ ਰੱਖਣਾ ਹੈ। ਕੁਆਲੀਫਿਕੇਸ਼ਨ, ਡਿਵੈਲਪਮੈਂਟ, ਜ਼ਿੰਦਗੀ ਦੀਆਂ ਤਰੱਕੀਆਂ ਸਭ ਵਾਬਸਤਾ ਹਨ ਇਸ ਚੀਜ਼ ਦੇ ਨਾਲ ਕਿ ਬੱਚੇ ਦੀ ਨੇਚਰ ਕੀ ਹੈ। ਤੁਸੀਂ ਜਿੰਨੀਆਂ ਮਰਜ਼ੀ ਡਿਗਰੀਆਂ ਕਰ ਲਓ, ਦੌਲਤ ਦਾ ਅੰਬਾਰ ਲਗਾ ਕੇ ਉਸ ਬੱਚੇ ਦੇ ਮਗਰ ਛੱਡ ਦਿਓ, ਪਰ ਜੇ ਉਸ ਇਹਨਾਂ ਨਸ਼ਿਆਂ ਦਾ ਆਦੀ ਹੈ ਉਹ ਕੁਆਲੀਫਿਕੇਸ਼ਨ ਹੀ ਉਹਦੇ ਵਾਸਤੇ ਕੋਈ ਮੁੱਲ ਨਹੀਂ ਰੱਖਦੀ, ਤੇ ਤੁਹਾਡੀ ਕਰੋੜਾਂ ਦੀ ਦਿੱਤੀ ਹੋਈ ਜਾਇਦਾਦ ਵੀ ਉਹਦੇ ਵਾਸਤੇ ਕੋਈ ਮੁੱਲ ਨਹੀਂ ਰੱਖਦੀ। ਕਿ ਟੀਮ ਜ਼ਿਆਦਾ ਤੋਂ ਜ਼ਿਆਦਾ ਸਮਾਂ ਪੱਟੀ ਨੂੰ ਸਮਾਂ ਦੇ ਕੇ ਸਾਡੇ ਬੱਚਿਆਂ ਦੀ ਪ੍ਰੋਟੈਕਸ਼ਨ ਕਰ ਸਕੇ। ਜੇ ਗੱਲ ਸਹੀ ਹੈ ਤਾਂ ਸਾਰੇ ਵੀਰਾਂ ਨੂੰ ਤਾੜੀਆਂ ਦੇ ਨਾਲ ਇਸ ਗੱਲ ਦਾ ਸਬੂਤ ਦਿਓ ਵੀ ਕਿੰਨੇ ਵਧੀਆ ਢੰਗ ਦੇ ਨਾਲ ਉਹ ਟੀਮ ਕੰਮ ਕਰ ਰਹੀ ਹੈ। ਔਰ ਪ੍ਰਮਾਤਮਾ ਕਰੇ, ਇਹ 'ਚ ਕੋਈ ਸ਼ੱਕ ਨਹੀਂ ਵੀ ਸਰਵਿਸ ਇੱਕ ਇਹੋ ਜਿਹਾ ਦੌਰ ਹੈ, ਆਜ ਜਹਾਂ ਪਰ ਹਮ ਹੈ ਕੱਲ ਯਹਾਂ ਕੋਈ ਔਰ ਥਾ, ਯੇ ਵੀ ਇੱਕ ਦੌਰ ਹੈ ਵੋ ਵੀ ਇੱਕ ਦੌਰ ਥਾ, ਦੌਰ ਇਹ ਵੀ ਗੁਜ਼ਰ ਜਾਣਾ, ਪਰ ਸਾਡੀਆਂ ਦੁਆਵਾਂ ਹਮੇਸ਼ਾ ਇਸ ਟੀਮ ਦੇ ਨਾਲ ਰਹਿਣਗੀਆਂ ਕਿ ਪ੍ਰਮਾਤਮਾ ਕਰੇ ਲੰਬਾ ਤੋਂ ਲੰਬਾ ਸਮਾਂ ਇਹ ਟੀਮ ਇਸ ਬਰਸਦਾ ਹੈ ਹਮਾਰੇ ਦੇਸ਼ ਵਿੱਚ। ਇੱਕ ਸ਼ੌਂਕ ਵਾਸਤੇ ਅਸੀਂ ਝੀਲਾਂ ਦੇ ਜਾ ਕੇ ਪਿਕਨਿਕ ਦੇ ਤੌਰ ਤੇ ਜਾਂਦੇ ਹਾਂ, ਉਹ ਸ਼ੌਂਕ ਦੇ ਵਾਸਤੇ ਅਸੀਂ ਪਾਣੀ ਨੂੰ ਦੇਖਦੇ ਹਾਂ, ਦੇਖ ਕੇ ਬੜਾ ਖੁਸ਼ ਹੁੰਦੇ ਹਾਂ। ਕਹਿੰਦਾ ਝੀਲੋਂ ਪਰ ਪਾਣੀ ਬਰਸਦਾ ਹੈ ਹਮਾਰੇ ਦੇਸ਼ ਮੇ, ਖੇਤ ਪਾਣੀ ਕੋ ਤਰਸਦਾ ਹੈ ਹਮਾਰੇ ਦੇਸ਼ ਮੇ, ਜ਼ਿੰਦਗੀ ਕਾ ਹਾਲ ਖਸਤਾ ਹੈ ਹਮਾਰੇ ਦੇਸ਼ ਮੇ, ਦੂਧ ਮਹਿੰਗਾ ਖੂਨ ਸਸਤਾ ਹੈ ਹਮਾਰੇ ਦੇਸ਼ ਮੇ, ਅਫਸਰੋਂ ਵਜ਼ੀਰੋਂ ਔਰ ਪਾਗਲੋਂ ਕੋ ਛੋੜਕਰ ਔਰ ਕੌਣ ਖੁੱਲਕਰ ਹੱਸਦਾ ਹੈ ਹਮਾਰੇ ਦੇਸ਼ ਮੇ। ਹੱਸਦਾ ਕੋਈ ਹੋਰ ਹੱਸੀ ਲੱਭ ਨਹੀਂ ਕਿਸੇ ਦੇ ਉੱਤੇ। ਅਕਸਰ ਜਦੋਂ ਨਸ਼ੇ ਵਾਲਾ ਨੂੰ ਫੜਿਆ ਜਾਂਦਾ ਇਹਦੇ ਫੋਨ ਦੇ ਫੋਨ ਇਹਨਾਂ ਨਾਲੋਂ ਜ਼ਿਆਦਾ ਸਾਨੂੰ ਆਉਣੇ ਸ਼ੁਰੂ ਹੋ ਜਾਂਦੇ ਹੋਣਗੇ, ਸਾਡੀ ਖਬਰ ਨਾ ਲੱਗੇ। ਪਰ ਮੈਂ ਕਹਿੰਦਾ ਪ੍ਰੈਸ ਵਾਲਿਆਂ ਨੂੰ ਜਾਂ ਆਪਣੀ ਆਤਮਾ ਨੂੰ ਝਿਜੋੜਨਾ ਚਾਹੀਦਾ ਕਿ ਉਹ ਸਹੀ ਨੂੰ ਸਹੀ ਲਿਖਣ, ਤਾਂ ਹੀ ਜਿਹੜੀ ਹੈ ਇਸ ਨਸ਼ੇ ਨੂੰ ਆਪਾਂ ਠੱਲ ਪਾ ਸਕਦੇ ਹਾਂ। ਦੂਸਰੀ ਮੈਂ ਗੱਲ ਕਰਾਂਗਾ ਨਸ਼ੇ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ। ਮੈਂ ਇਸ ਵਿੱਚ ਤਿੰਨ ਡਿਪਾਰਟਮੈਂਟਾਂ ਦਾ ਅਹਿਮ ਰੋਲ ਕਹਿੰਦਾ, ਸਿਹਤ ਵਿਭਾਗ, ਪੁਲਿਸ ਵਿਭਾਗ ਅਤੇ ਸਾਡਾ ਸੁਧਾਰ ਕਰ। ਮੇਰੀ ਇਸੇ ਉੱਪਰ ਕਾਫੀ ਲੰਬੇ ਸਮੇਂ ਤੋਂ ਮੈਂ ਲਿਖਦਾ ਵੀ ਆ ਰਿਹਾ, ਪਰ ਮੈਂ ਨਹੀਂ ਸਮਝਦਾ ਇਹਨਾਂ ਤਿੰਨਾਂ ਵਿੱਚ ਕੋਈ ਤਾਲਮੇਲ ਹੈ। ਔਰ ਯੋਗ ਦੇ ਨਾਲ ਆਦਮੀ ਦੇ ਅੰਦਰ ਨਸ਼ਾ ਕਰਨ ਦੀ ਆਦਤ ਖਤਮ ਹੁੰਦੀ ਹੈ, ਮੇਰਾ ਦਾਅਵਾ, ਸਵਾਮੀ ਰਾਮਦੇਵ ਦਾ ਦਾਅਵਾ ਕਿ ਤੁਹਾਡਾ ਅੰਦਰਲੀਆਂ ਜਿੰਨੀਆਂ ਵੀ ਨਾੜੀਆਂ ਨੇ ਉਹ ਇਸ ਤਰ੍ਹਾਂ ਫਰੈਸ਼ ਹੋ ਜਾਂਦੀਆਂ ਕਿ ਤੁਸੀਂ ਨਸ਼ੇ ਵੱਲ ਤੁਹਾਨੂੰ ਕਹਿਣ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਨਾ ਤੁਹਾਡੇ ਮਾਂ ਨੂੰ ਨਾ ਪਿਓ ਨੂੰ ਕਿਸੇ ਨੂੰ ਰੋਕਣ ਦੀ ਲੋੜ ਨਹੀਂ। ਨਸ਼ੇ ਦੇ ਨਾਲ ਨਸ਼ੇ ਨੂੰ ਰੋਕਣਾ ਦੇ ਯੋਗ ਕਰੋ, ਯੋਗ ਦੇ ਨਾਲ ਨਸ਼ਾ ਰੁਕਦਾ। ਪਰ ਪ੍ਰਚਾਰ ਵੱਲੋਂ ਕੋਈ ਕਮੀ
ਬਾਰੇ ਪ੍ਰਚਾਰ ਕਰ ਰਹੀਆਂ ਹਨ ਪਰ ਉਸ ਪ੍ਰਚਾਰ ਦਾ ਅਸਰ ਨਹੀਂ ਹੋ ਰਿਹਾ। ਉਸ ਪ੍ਰਚਾਰ ਦਾ ਅਸਰ ਕਿਉਂ ਨਹੀਂ ਹੋ ਰਿਹਾ? ਜੇ ਅਸੀਂ ਪ੍ਰਚਾਰ ਕਰਨ ਵਾਲੇ ਆਪਣੇ ਅੰਦਰ ਝਾਤੀ ਮਾਰੀਏ, ਸਟੇਜ ਤੇ ਅਸੀਂ ਬਹੁਤ ਬਹੁਤ ਵੱਡੇ ਭਾਸ਼ਣ ਕਰਕੇ ਜਾਂਦੇ ਹਾਂ ਤੇ ਜਿੰਨੇ ਜਾਣੇ ਭਾਸ਼ਣ ਕਰੇ ਤਕਰੀਬਨ ਸ਼ਾਇਦ ਹੀ ਬਹੁਤ ਘੱਟ 2-4-5% ਬੰਦੇ ਬੁਲਾਰੇ ਉਸ ਉੱਤੇ ਪਹਿਰਾ ਦਿੰਦੇ ਹੋਣਗੇ। ਕਈ ਵਾਰ ਤਾਂ ਇਹੋ ਜਿਹਾ ਭਾਣਾ ਵਾਪਰ ਜਾਂਦਾ ਸਟੇਜ ਤੇ ਭਾਸ਼ਣ ਦੇ ਕੇ ਤੇ ਮੁੜ ਕੇ ਉਹ ਨਸ਼ੇ ਵੇਚਣ ਵਾਲੇ ਸਟੇਜ ਤੇ ਭਾਸ਼ਣ ਦੇ ਜਾਂਦੇ ਨਸ਼ਿਆਂ ਕੋਲ ਤੇ ਜਦੋਂ ਵੇਖਣ ਵਾਲਾ ਸੋਚਦਾ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਨਹੀਂ ਜੋ ਸਟੇਜ ਤੇ ਬੋਲ ਗਿਆ ਉਹ ਗਲਤ ਹੀ ਆਪ ਕਰਦਾ ਪਿਆ ਇਹ ਸਹੀ ਹੋਏ। ਹਰ ਪੱਖ ਤੋਂ ਜੇ ਵੇਖਿਆ ਜਾਵੇ ਹਰ ਪੱਖ ਤੋਂ ਢਿੱਲ ਹੈ, ਅਸੀਂ ਆਪਣੀ ਜ਼ਿੰਮੇਵਾਰੀ ਦੂਜਿਆਂ ਤੇ ਸੁੱਟ ਦਿੰਦੇ ਹਾਂ ਤੇ ਅੱਧੇ ਕਿਤੇ ਇਹ ਸੇਧ ਨਾਲ ਲੈ ਲਓ ਵੀ ਪਹਿਲਾਂ ਸ਼ਰਾਬ ਨਾਲ ਵਧੀਆ ਗੱਲਾਂ ਕਰਦੇ ਤੇ ਜਦੋਂ ਵਿੱਚ ਲੇਡੀ ਆਈ ਤਾਂ ਕੰਮ ਖਰਾਬ ਹੋ ਗਿਆ। ਇਹ ਆਪੋ ਆਪਣੀ ਜਿਹੜੀ ਆਪਣੇ ਆਈ ਕਿਊ ਹੁੰਦਾ ਜਦੋਂ ਆਪਾਂ ਬਾਹਰ ਕਦੇ ਜਾਂਦੇ ਹਾਂ, ਆਪਾਂ ਕੋਈ ਹਿੰਦੀ ਫਿਲਮ ਦੇਖਦੇ ਹਾਂ ਜਾਂ ਪੰਜਾਬੀ ਫਿਲਮ ਦੇਖਦੇ ਹਾਂ, ਉਹਦੇ ਵਿੱਚ ਪਲੱਸ ਅਤੇ ਮਾਈਨਸ ਦੋਨੋਂ ਪੁਆਇੰਟਸ ਹੁੰਦੇ, ਚੰਗੇ ਵੀ ਹੁੰਦੇ ਮਾੜੇ ਵੀ ਹੁੰਦੇ। ਕੁਛ ਬੰਦੇ ਚੰਗੇ ਗ੍ਰਹਿਣ ਕਰਦੇ ਵੀ ਹੀਰੋ ਬੜਾ ਤਗੜਾ ਸੀਗਾ, ਉਹਦੇ ਡੋਲੇ ਬੜੇ ਤਗੜੇ ਸੀ, ਬੜਾ ਜਵਾਨ ਸੀ ਅਤੇ ਵੈਲ ਫਿੱਟ ਸੀ, ਅਤੇ ਕੁਛ ਜਵਾਨ ਇਹ ਸੇਧ ਲੈ ਕੇ ਆਉਂਦੇ ਵੀ ਹੀਰੋ ਬੜੀਆਂ ਸ਼ਰਾਰਤਾਂ ਕਰਦਾ ਸੀ, ਕੁੜੀਆਂ ਦੇ ਪਿੱਛੇ ਕਰਦਾ ਸੀ, ਅਤੇ ਉਹ ਮਾਈਨਸ ਥਿੰਕਿੰਗ ਹੋ ਜਾਂਦਾ। ਮੈਂ ਸਨ 2000 ਤੋਂ ਇੱਥੇ DSPD ਲੈ ਕੇ ਗਿਆ ਪਹਿਲਾਂ। ਮੈਂ ਵੈਸੇ ਪੱਕੇ ਤੌਰ ਤਾਂ ਨਹੀਂ ਕਹਿ ਸਕਦਾ ਪਰ ਮੇਰਾ ਖਿਆਲ ਹੈ ਵੀ ਜਿਹੜੀ ਸਮੈਕ ਦਾ ਕੋਡ ਹੈ ਉਹਦੀ ਇਨੀਸ਼ੀਏਸ਼ਨ ਤਰਨ ਤਾਰਨ ਜ਼ਿਲ੍ਹਾ, ਅੰਮ੍ਰਿਤਸਰ ਚ ਬਾਅਦ ਚ ਗਈ ਹੈ, ਉਸ ਤੋਂ ਬਾਅਦ ਬਟਾਲੇ ਚਲੀ ਗਈ ਜਾਂ ਇਹਦਾ ਰਾਈਟ ਸਾਈਡ ਨੂੰ ਖਿਲਰ ਗਈ। ਇਨੀਸ਼ੀਏਸ਼ਨ ਆਪਣਾ ਜ਼ਿਲ੍ਹਾ, ਪਤਾ ਵੀ ਇਹ ਵਨ ਡੋਜ਼ ਅਡਿਕਟ ਹੈਗਾ, ਜਿਸ ਬੰਦੇ ਨੇ ਇੱਕ ਡੋਜ਼ ਲੈ ਲਈ ਉਹ ਅਡਿਕਟ ਹੋ ਜਾਂਦਾ। ਇਹਦਾ ਅਡਿਕਸ਼ਨ ਲਫਜ਼ ਦਾ ਵੀ ਥੋੜ੍ਹੀ ਡੈਫੀਨੇਸ਼ਨ ਡਾਕਟਰ ਨੂੰ ਦੱਸੀ ਸੀ, ਉਹਨੂੰ ਮਜ਼ਾਕ ਦੇ ਤੌਰ ਤੇ ਪੇਸ਼ ਕੀਤਾ ਗਿਆ, ਜਿਸ ਤਰ੍ਹਾਂ ਉਹ ਕਹਿਣ ਲੱਗਾ ਬੱਚੇ ਨੂੰ ਵੀ ਕਾਕਾ ਲੈ ਲਾ ਥੋੜ੍ਹੀ ਜਿਹੀ, ਉਹ ਕਹਿੰਦਾ ਨਹੀਂ ਪੱਪੂ ਮੈਨੂੰ ਆਦਤ ਪੈ ਜੂਗੀ, ਕਹਿੰਦਾ ਮੈਨੂੂੰ 30 ਸਾਲ ਹੋ ਗਏ ਮੈਨੂੰ ਤੇ ਆਦਤ ਨਹੀਂ ਪਈ। ਇਹ ਵਾਕਈ ਜਿਹੜਾ ਬੰਦਾ ਨਸ਼ਾ ਕਰਦਾ ਉਹ ਨਹੀਂ ਲੱਗਦਾ ਵੀ ਮੈਨੂੰ ਆਦਤ ਪਈ ਹੈਗੀ ਹੈ, ਉਹ ਸੋਚਦਾ ਵੀ ਇਟਸ ਨੋਰਮਲ ਥਿੰਗ ਅਤੇ ਜੇ ਕੋਈ ਲੈ ਲਿਆ ਇੱਕ ਅੱਧੀ ਵਾਰੀ ਡੋਜ਼ 'ਚ ਕੋਈ ਪ੍ਰੋਬਲਮ ਹੁੰਦੀ। ਪਰ ਇਟਸ ਅਫੈਕਟ ਇੱਕ ਭਾਟੀਆ ਸਾਹਿਬ ਨੇ ਬੜੀ ਨਬਜ਼ ਫੜੀ ਹੈ ਜਿਹੜੀ ਮੈਂ ਸਮਝਦਾ ਬਿਲਕੁਲ ਠੀਕ ਹੈ ਗੱਲ, ਵੀ ਬੇਸਿਕ ਦੀ ਇਨੀਸ਼ੀਏਸ਼ਨ ਕਿੱਥੋਂ ਹੁੰਦੀ ਹੈ, ਇਨਵੈਸਟੀਗੇਸ਼ਨ ਕਿੱਥੋਂ ਹੁੰਦੀ ਨਸ਼ੇ ਦੀ। ਭਾਟੀਆ ਸਾਹਿਬ ਨੇ ਕਿਹਾ ਸੀ ਆਪਣਾ ਉਹਦਾ ਕਲਚਰ ਹੈ, ਕਿਸੇ ਟਾਈਮ 'ਤੇ ਰਾਜਸਥਾਨ ਜਾਣਾ ਪਿਆ, ਇਸ ਤੋਂ 3 ਸਾਲ ਹੋ ਗਿਆ, ਅਸੀਂ ਜੋਧਪੁਰ ਰਹੇ, ਸਾਡੇ ਬਜ਼ੁਰਗਾਂ ਦਾ ਕੋਈ ਇਲਾਜ ਸੀ ਉੱਥੇ, ਜਿਸ ਹੋਟਲ 'ਤੇ ਅਸੀਂ ਰਹੇ ਉਹਦੀ ਰਿਸੈਪਸ਼ਨ ਦੇ ਉੱਤੇ TV ਲੱਗਿਆ ਹੋਇਆ ਸੀ, ਕਲਰ TV ਜਿਵੇਂ ਲੱਗਿਆ ਹੁੰਦਾ, ਸਟੈਪ ਅੱਗੇ ਚੱਲ ਰਿਹਾ ਉਹ ਥੋੜ੍ਹਾ ਬਹੁਤ ਇਹਦੇ ਨਾਲ ਕੰਟਰੋਲ ਹੋਊਗਾ। ਸੈਕੰਡ ਇੱਕ ਸਾਡੇ ਹੈੱਡ ਕਾਂਸਟੇਬਲ ਜਸਪਾਲ ਨੇ ਗੱਲ ਕੀਤੀ ਸੀ, ਉਹ ਬੜੀ ਅੱਛੀ ਗੱਲ ਆ ਵੀ ਹਰ ਇੱਕ ਪੇਰੈਂਟਸ ਨੂੰ ਐਜ ਟੀਚਰ ਵਰਕ ਕਰਨਾ ਚਾਹੀਦਾ। ਟੀਚਰ ਕੀ ਹੁੰਦਾ, ਕਿਸੇ ਪੇਰੈਂਟਸ ਨੂੰ ਤੁਸੀਂ ਕਹਿ ਦਿਓ ਫਾਰ ਐਗਜ਼ਾਮਪਲ ਵੀ ਆਹ ਤੁਹਾਡਾ ਕਾਕਾ ਦਾ ਜੀ ਕੱਲ੍ਹ ਬਜਾਜ ਸ਼ਰਾਬ ਕਰਦਾ ਹੋਇਆ, ਇਹ ਕਹਿਣਗੇ ਨਹੀਂ ਨਹੀਂ ਤੂੰ ਐਵੇਂ ਗਲਤ ਕਰਦਾ, ਆਪਣੇ ਬੱਚੇ ਵਰਗੂ ਮੰਨਣ ਨੂੰ ਤਿਆਰ ਨਹੀਂ ਹੁੰਦਾ, ਉਹ ਅਵਾਇਡ ਕਰਦਾ ਲੁਕਾਉਂਦਾ ਆਪਣੇ ਬੱਚੇ ਦੇ ਔਗਣ ਨੂੰ ਵੀ ਇਹ ਕਿਤੇ ਜੇ ਪਬਲਿਕਲੀ ਸ਼ੋਅ ਹੋ ਗਿਆ ਤੇ ਮੇਰੀ ਬੇਇੱਜ਼ਤੀ ਹੁੰਦੀ ਇਸ ਗੱਲ 'ਚ। ਅਗਰ ਉਹ ਰਿਪੀਟ ਕਰਦੇ ਵੀ ਵਾਕਈ ਜੇ ਮੈਨੂੰ ਨਾਲ ਦਾ ਗੁਆਂਢੀ ਜਾਂ ਮੇਰਾ ਦੋਸਤ ਕਹਿ ਰਿਹਾ ਤੇ ਮੈਂ ਉਹਨੂੰ ਸੀਰੀਅਸਲੀ ਲਵਾਂ, ਇਹਨੂੰ ਚੈੱਕ ਕਰਾਂ ਇਹ ਮੁੰਡਾ ਵਾਕਿਆ ਕਿੱਥੇ ਜਾਂਦਾ ਜਾਂ ਕੀ ਕਰਦਾ, ਤੁਸੀਂ ਜਦੋਂ ਉਹਨੂੰ ਵਾਚ ਕਰੋਗੇ ਉਹਦੀ ਐਕਟੀਵਿਟੀ ਨੋਟ ਕਰੋਗੇ ਆਪਣੇ ਆਪ ਹੀ ਤੁਸੀਂ ਉਹਦਾ ਟਿਊਟਰ ਬਣ ਜਾਓਗੇ। ਬਾਕੀ ਗੱਲਾਂ ਹੋਰ ਜੋਰਦਾਰ ਤਾਲੀਆਂ ਦੇ ਨਾਲ
ਸਿੱਧੂ ਜੋ ਇੱਥੇ ਪਹੁੰਚ ਨਹੀਂ ਸਕੇ ਉਹਨਾਂ ਨੇ ਘਾਟ ਤੇ